वाहे गुरु। सतगुर साहिबान जी की पावन पवित्र हजूरी के अंदर जुड़ मिल बैठ करके सिख कौम दियां महान शहादतां नूं याद करन दे लई एकत्रित हो रहे हां। सतगुर साहिबान जी ने साडे उपर गुरसिखां दे उपर महान किरपा कीती है कि सानू शब्द दे नाल इतिहास दे नाल जोड़न दे लई ए सतसंगत दा महान जो परउपकार है साडे उपर करना कीता है। सो अज दी जो एकत्रता प्रबंधक गुरसिखा ने करना कीती है
ਜਿਵੇਂ ਆਪ ਜੀ ਨੇ ਮੇਰੇ ਤੋਂ ਪਹਿਲਾਂ ਗਿਆਨੀ ਬਲਜਿੰਦਰ ਸਿੰਘ ਜੀ ਹੋਣਾ ਤੋਂ ਜੋ ਪਾਵਨ ਪਵਿੱਤਰ ਇਤਿਹਾਸ ਦੀਆਂ ਵਿਚਾਰਾਂ ਸ੍ਰਵਣ ਕੀਤੀਆਂ ਨੇ, ਉਸ ਦੀ ਜਿਹੜੀ ਲੜੀ ਹੈ ਉਸ ਨੂੰ ਆਪਾਂ ਅੱਗੇ ਤੋਰਨਾ ਹੈ। ਅਤੇ ਦਾਸ ਇੱਥੇ ਛੋਟੀ ਜਿਹੀ ਬੇਨਤੀ ਪਹਿਲਾਂ ਕਰ ਦੇਵੇ ਕਿ ਜਿਵੇਂ ਆਪਾਂ ਹੋਰ ਜਿਹੜੇ ਜਿੰਨੇ ਘਰ ਪਰਿਵਾਰ ਦੇ ਅੰਦਰ ਸਮਾਗਮ ਮਨਾਉਂਦਿਆਂ ਹੋਇਆਂ ਇੱਕ ਗੱਲ ਵਿਚਾਰ ਕਰਦੇ ਹਾਂ, ਉਹ ਚਾਹੇ ਵਿਆਹ ਸ਼ਾਦੀ ਹੋਵੇ ਜਾਂ ਹੋਰ ਸਮਾਗਮ ਹੋਣ, ਅਤੇ ਆਪਾਂ ਸੋਚਦੇ ਹਾਂ ਕਿ ਦੇਖ ਲੈਣਾ ਕਰੀਏ, ਫਿਰ ਪਤਾ ਨਹੀਂ ਕਦੋਂ ਮੌਕਾ ਮਿਲੇ। ਉਸੇ ਪ੍ਰਕਾਰ ਹੀ ਇਹ ਜਿਹੜੀ ਸਤਸੰਗਤ ਜਿਹੜੀ ਪ੍ਰਾਪਤ ਹੋਈ ਹੈ ਸਾਨੂੰ ਵਿਚਾਰਾਂ ਸ੍ਰਵਣ ਕਰਨ ਦੇ ਲਈ, ਸ਼ਹੀਦਾਂ ਨੂੰ ਯਾਦ ਕਰਨ ਦੇ ਲਈ, ਇਸ ਤੋਂ ਆਪਾਂ ਪੂਰਾ ਪੂਰਾ ਲਾਭ ਲੈਣਾ ਹੈ। ਸਤਿਗੁਰ ਸਾਹਿਬਾਨ ਜੀ ਦੀ ਪਾਵਨ ਪਵਿੱਤਰ ਇਤਿਹਾਸ ਦੇ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਗੁਰਫਤਿਹ ਪ੍ਰਵਾਨ ਕਰੋ ਜੀ, ਗੱਜ ਵੱਜ ਕੇ ਆਖਣਾ ਕਰੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਤਿਹਾਸ ਦੀ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਆਪਾਂ ਇਹ ਵਿਚਾਰ ਲਈਏ ਕਿ ਇਹ ਜਿਹੜਾ ਇਤਿਹਾਸ ਹੈ ਇਹ ਸਿਰਜਿਆ ਕਿਉਂ ਜਾਂਦਾ ਹੈ, ਕਿਉਂਕਿ ਜਿਹੜੇ ਗੁਰੂ ਸਾਹਿਬਾਨ ਨੇ ਸਿੱਖ ਧਰਮ ਦੇ ਅੰਦਰ ਆਪਾਂ ਇਹ ਗੱਲ ਆਖਦੇ ਹਾਂ ਕਿ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਕਿ ਗੁਰੂ ਸਾਹਿਬਾਨ ਆਪ ਪਰਮੇਸ਼ਰ ਦਾ ਰੂਪ ਸਨ। ਜੇ ਉਹ ਚਾਹੁੰਦੇ ਤਾਂ ਆਪਣੀ ਇੱਕ ਫੁਰਨੇ ਦੇ ਨਾਲ ਜਿਹੜੇ ਦੁਸ਼ਟ ਨੇ, ਮੁਗਲ ਨੇ, ਬਾਈ ਧਾਰ ਦੇ ਰਾਜੇ ਸੀ, ਉਹਨਾਂ ਦਾ ਨਾਸ਼ ਕਰ ਸਕਦੇ ਸੀ। ਕਹਿਣ ਤੋਂ ਭਾਵ ਕਿ ਉਹ ਇੰਨੇ ਸ਼ਕਤੀਆਂ ਦੇ ਮਾਲਕ ਸੀ ਕਿ ਉਹ ਕੁਝ ਵੀ ਕਰ ਸਕਦੇ ਸਨ। ਪਰ ਇਹ ਜਿਹੜੀਆਂ ਸ਼ਹੀਦੀਆਂ ਨੇ, ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਹੈ, ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ, ਇਹ ਸਾਰਾ ਕਿਰਿਆਕਲਾਪ ਕੀਤਾ ਕਿਉਂ ਗਿਆ, ਇਸ ਦੇ ਪਿੱਛੇ ਕਾਰਨ ਕੀ ਹੈ, ਇਹ ਵੀ ਆਪਾਂ ਨਾਲ ਨਾਲ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਆਪਾਂ ਜਿੱਥੋਂ ਇਤਿਹਾਸ ਗਿਆਨੀ ਜੀ ਨੇ ਸ਼ੁਰੂ ਕੀਤਾ ਸੀ ਉੱਥੋਂ ਸਿੱਖਿਆ ਲੈਂਦੇ ਹੋਏ ਸ਼ੁਰੂ ਕਰਦੇ ਹਾਂ ਕਿ ਜਿਵੇਂ ਬਾਈ ਧਾਰ ਦੇ ਰਾਜਿਆਂ ਨੇ ਕਸਮਾਂ ਖਾਧੀਆਂ, ਬਾਈ ਧਾਰ ਦੇ ਰਾਜਿਆਂ ਨੇ ਇੱਕ ਆਟੇ ਦੀ ਜਿਹੜੀ ਗਾਂ ਬਣਾ ਕੇ ਅਤੇ ਜਿਹੜੇ ਮੁਸਲਮਾਨ ਸਨ ਮੁਗਲ ਉਹਨਾਂ ਨੇ ਕੁਰਾਨ ਦੀ ਕਸਮ ਖਾਧੀ। ਅਤੇ ਹੁਣ ਸਤਿਗੁਰ ਸਾਹਿਬਾਨ ਜੀ ਤਾਂ ਅੰਤਰਜਾਮੀ ਸਨ, ਉਹ ਜਾਣਦੇ ਨੇ ਕਿ ਇਹਨਾਂ ਨੇ ਆਪਣੇ ਨਾਲ ਧੋਖਾ ਕਰਨਾ ਹੀ ਕਰਨਾ ਹੈ। ਪਰ ਫਿਰ ਵੀ ਸਤਿਗੁਰ ਸਾਹਿਬਾਨ ਜੀ ਨੇ ਸਭ ਕੁਛ ਜਾਣਦਿਆਂ ਹੋਇਆਂ ਸਭ ਕੁਛ ਹੋਣ ਦਿੱਤਾ, ਇਹਦਾ ਕੀ ਕਾਰਨ ਹੈ? ਇਸ ਤੋਂ ਸਾਨੂੰ ਸਿੱਖਿਆ ਇਹ ਲੈਣੀ ਬਣਦੀ ਹੈ ਕਿ ਜਦੋਂ ਵੀ ਆਪਾਂ ਸਮਾਜ ਦੇ ਵਿੱਚ ਵਿਚਰਨਾ ਹੈ, ਹਰ ਕਿਸੇ 'ਤੇ ਅੱਖ ਮੀਚ ਕੇ ਯਕੀਨ ਨਹੀਂ ਕਰਨਾ। ਕੋਈ ਵੀ ਆਪਾਂ ਵਿਚਾਰ ਕਰਦੇ ਹਾਂ, ਕੋਈ ਆਪਾਂ ਕਾਰੋਬਾਰ ਕਰਦੇ ਹਾਂ ਜਾਂ ਸਮਾਜਿਕ ਤੌਰ 'ਤੇ ਜਾਂ ਧਾਰਮਿਕ ਤੌਰ 'ਤੇ ਕੋਈ ਵੀ ਕਾਰਜ ਕਰਦੇ ਹਾਂ, ਤਾਂ ਉਦੋਂ ਕਿਸੇ ਵੀ ਪ੍ਰਕਾਰ ਕਰਕੇ ਕਿਸੇ ਦੇ ਉੱਪਰ ਅੱਖਾਂ ਮੀਚ ਕੇ ਇਤਬਾਰ ਨਹੀਂ ਕਰਨਾ। ਇਸ ਤੋਂ ਸਾਨੂੰ ਇਹ ਸਿੱਖਿਆ ਸਤਿਗੁਰੂ ਜੀ ਨੇ ਬਖਸ਼ੀ ਹੈ। ਉਸ ਤੋਂ ਅੱਗੇ ਚੱਲ ਕੇ ਜਿਹੜਾ ਇਤਿਹਾਸ ਹੈ ਗਿਆਨੀ ਜੀ ਨੇ ਇੱਥੇ ਛੱਡਿਆ ਹੈ ਕਿ ਜਿਵੇਂ 6 ਪੋਹ ਦੀ ਰਾਤ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਿੰਘਾਂ ਦੀ ਬੇਨਤੀ, ਮਾਤਾ ਗੁਜਰ ਕੌਰ ਜੀ ਦੀ ਬੇਨਤੀ ਕਰਨ ਤੋਂ ਬਾਅਦ 6 ਪੋਹ ਦੀ ਰਾਤ ਨੂੰ, ਅੱਧੀ ਰਾਤ ਨੂੰ ਜਿਹੜਾ ਆਨੰਦਗੜ੍ਹ ਕਿਲ੍ਹਾ ਹੈ, ਜਿਹੜਾ ਸ਼ਹਿਰ ਦਾ ਨਾਮ ਸ਼੍ਰੀ ਅਨੰਦਪੁਰ ਸਾਹਿਬ ਸੀ, ਉਹ ਆਨੰਦਗੜ੍ਹ ਕਿਲ੍ਹਾ ਜਿਹੜਾ ਛੱਡਿਆ ਅਤੇ 7 ਪੋਹ ਦੀ ਜਿਹੜਾ ਦਿਨ ਹੈ, ਅੰਮ੍ਰਿਤ ਵੇਲਾ ਹੈ, ਉਹ ਸਰਸਾ ਨਦੀ ਦੇ
ਕੰਢੇ ਦੇ ਉੱਪਰ ਪਹੁੰਚਦੇ ਨੇ ਤੇ ਉੱਥੇ ਆਸਾ ਦੀ ਵਾਰ ਦਾ ਜਿਹੜਾ ਕੀਰਤਨ ਪ੍ਰਾਰੰਭ ਹੁੰਦਾ ਹੈ ਤੇ ਪਿੱਛੋਂ ਪਤਾ ਲੱਗਦਾ ਹੈ ਕਿ ਜਿਹੜੇ ਮੁਗਲ ਨੇ ਤੇ ਜਿਹੜੇ ਬਾਈ ਧਾਰ ਦੇ ਰਾਜੇ ਨੇ ਉਹਨਾਂ ਨੇ ਹਮਲਾ ਕੀਤਾ ਤੇ ਉੱਧਰ ਜਿਹੜੇ ਭਾਈ ਬਚਿੱਤਰ ਸਿੰਘ ਜੀ ਔਰ ਇਸੇ ਪ੍ਰਕਾਰ ਜਿਹੜੇ ਵੱਡੇ ਸਾਹਿਬਜ਼ਾਦੇ ਨੇ ਉਹਨਾਂ ਨੇ ਪਿੱਛੇ ਮੁਗਲਾਂ ਨੂੰ ਤੇ ਬਾਈ ਧਾਰ ਦੀਆਂ ਫੌਜਾਂ ਨੂੰ ਰੋਕ ਕੇ ਰੱਖਿਆ ਤੇ ਇੱਧਰ ਗੁਰੂ ਕੇ ਰਬਾਬੀ ਗੁਰਸਿੱਖ ਭਾਈ ਦਇਆ ਸਿੰਘ ਜੀ ਵਰਗੇ ਹੋਰ ਗੁਰਸਿੱਖ ਕੀਰਤਨ ਪਏ ਕਰਦੇ ਨੇ। ਇੱਥੋਂ ਸਿੱਖਿਆ ਜਿਹੜੀ ਹੈ ਗਿਆਨੀ ਜੀ ਵੀ ਦੱਸ ਕੇ ਗਏ ਨੇ, ਸਿੱਖਿਆ ਕੀ ਮਿਲਦੀ ਹੈ ਮਾਤਾਵਾਂ ਇਸ ਗੱਲ ਨੂੰ ਜ਼ਿਆਦਾ ਗੌਰ ਦੇ ਨਾਲ ਸੁਣਨ। ਦੇਖੋ ਕਿ ਗੁਰੂ ਸਾਹਿਬਾਨ ਜੀ ਦੇ ਉੱਪਰ ਆਪਾਂ ਬਾਹਰੀ ਤੌਰ 'ਤੇ ਜਦੋਂ ਵੇਖਦੇ ਹਾਂ ਕਿੰਨੀ ਭੀੜਾ ਪਈ ਹੋਈ ਹੈ, ਨਹੀਂ ਤੇ ਆਮ ਕਰਕੇ ਮਾਤਾਵਾਂ ਦਾ ਇੱਕ ਬਹਾਨਾ ਹੁੰਦਾ ਕਿ ਉਹ ਕੇਸ ਸਾਂਭਣ ਦੀ ਜਗ੍ਹਾ 'ਤੇ ਕੇਸ ਕਟਾਉਣੇ ਜ਼ਿਆਦਾ ਸਫਲਾ ਸਮਝਦੀਆਂ ਨੇ। ਇਸ ਲਈ ਸਿੱਖਿਆ ਇਹ ਲੈਣੀ ਹੈ ਕਿ ਜੇ ਅਸੀਂ ਕੇਸਾਂ ਨੂੰ ਸੰਭਾਲਣ ਵਰਗੀ ਕੋਸ਼ਿਸ਼ ਨਹੀਂ ਕਰ ਸਕਦੇ ਤੇ ਆਪਾਂ ਗੁਰੂ ਕੇ ਸਿੱਖ ਗੁਰੂ ਦੀਆਂ ਸਿੰਘਣੀਆਂ ਕਿਵੇਂ ਅਖਵਾ ਸਕਦੇ ਹਾਂ। ਸੋ ਇਸ ਤੋਂ ਆਪਾਂ ਨੂੰ ਇਹ ਸਿੱਖਿਆ ਲੈਣੀ ਬਣਦੀ ਹੈ ਤੇ ਉਸ ਤੋਂ ਬਾਅਦ ਸੱਤ ਪੋਹ ਦਾ ਜਿਹੜਾ ਦਿਨ ਹੈ, ਇਸ ਤੋਂ ਬਾਅਦ ਜਿਹੜਾ ਪਰਿਵਾਰ ਹੈ ਵੱਖਰੋ ਵੱਖਰਾ, ਕਿਉਂਕਿ ਸਰਸਾ ਨਦੀ ਜਿਹੜੀ ਹੈ ਬਹੁਤ ਭੁਚਾਲ ਰੂਪ ਦੇ ਅੰਦਰ ਤੇਜ਼ ਧਾਰਾ ਦੇ ਵਿੱਚ ਵਗੀ। ਉਸ ਤੋਂ ਬਾਅਦ ਜਿਹੜੇ ਮਾਤਾ ਗੁਜਰ ਕੌਰ ਜੀ ਔਰ ਛੋਟੇ ਸਾਹਿਬਜ਼ਾਦੇ ਨੇ ਉਹ ਸਰਸਾ ਨਦੀ ਪਾਰ ਕਰਕੇ ਸਰਸਾ ਨਦੀ ਦੇ ਕੰਢੇ ਕੰਢੇ ਤੁਰਦੇ ਜਾ ਰਹੇ ਨੇ। ਇੱਥੇ ਦਾਸ ਇੱਕ ਹੋਰ ਬੇਨਤੀ ਪਹਿਲਾਂ ਹੀ ਕਰ ਦੇਵੇ ਕਿ ਆਮ ਕਰਕੇ ਜਿਹੜੇ ਸਿੱਖ ਪ੍ਰਚਾਰਕ ਨੇ ਉਹਨਾਂ ਨੇ ਕੀ ਕੀਤਾ ਹੈ ਕਿ ਮਾਤਾ ਗੁਜਰੀ ਜੀ ਨੂੰ ਔਰ ਛੋਟੇ ਸਾਹਿਬਜ਼ਾਦਿਆਂ ਨੂੰ ਇੱਕ ਆਮ ਜੀ ਮੈਂਬਰ ਬਣਾ ਕੇ, ਮਾਤਾ ਗੁਜਰ ਕੌਰ ਜੀ ਨੂੰ ਆਮ ਜੀ ਬੀਬੀ ਬਣਾ ਕੇ ਪੇਸ਼ ਕਰ ਦਿੱਤਾ। ਉਹ ਕਿਵੇਂ ਕਿ ਆਮ ਕਰਕੇ ਜਿਹੜੇ ਸਿੱਖ ਪ੍ਰਚਾਰਕ ਨੇ ਉਹਨਾਂ ਦਾ ਕੀ ਕੰਮ ਬਣਿਆ ਹੋਇਆ ਕਿ ਉਹਨਾਂ ਨੇ ਸੰਗਤਾਂ ਨੂੰ ਰਵਾਉਣ 'ਤੇ ਜ਼ੋਰ ਦਿੱਤਾ ਹੋਇਆ। ਇਤਿਹਾਸ ਸੁਣਾਉਂਦੇ ਇੱਦਾਂ ਨੇ ਅਤੇ ਸੰਗਤਾਂ ਨੂੰ ਰੋਣ ਲਾ ਦਿੰਦੇ। ਇਹ ਕੋਈ ਸਫਲ ਕੰਮ ਨਹੀਂ ਹੈ, ਕਿਉਂਕਿ ਰੋਣਾ ਤਾਂ ਉਹਨਾਂ ਨੂੰ ਸਗੋਂ ਚਾਹੀਦਾ ਹੈ ਜਿਨ੍ਹਾਂ ਨੇ ਇਹ ਮਾੜਾ ਕੰਮ ਉਸ ਵੇਲੇ ਕੀਤਾ। ਸਾਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦੇ ਉੱਪਰ ਸਾਨੂੰ ਕੋਈ ਸੋਗ ਨਹੀਂ ਮਨਾਉਣਾ ਚਾਹੀਦਾ, ਸਾਨੂੰ ਸਗੋਂ ਇਸ ਸ਼ਹੀਦੀ ਦੇ ਉੱਪਰ ਮਾਣ ਹੋਣਾ ਚਾਹੀਦਾ ਹੈ। ਆਮ ਕਰਕੇ ਤੁਸੀਂ ਵੇਖਿਆ ਹੋਵੇਗਾ ਕਿ ਇੱਕ ਗੱਲ ਬਹੁਤੇ ਥਾਵਾਂ 'ਤੇ ਲਿਖੀ ਹੁੰਦੀ ਹੈ ਕਿ ਨਿੱਕੀਆਂ ਜਿੰਦਾਂ ਵੱਡੇ ਸਾਕੇ, ਇਹ ਗੱਲ ਕਹਿਣੀ ਵੀ ਗਲਤ ਹੈ। ਉਹਨਾਂ ਸਾਹਿਬਜ਼ਾਦਿਆਂ ਨੂੰ ਨਿੱਕੀਆਂ ਜਿੰਦਾਂ ਕਹਿਣਾ ਇਹ ਵੀ ਅਗਿਆਨਤਾ ਭਰੀ ਗੱਲ ਹੈ, ਕਿਉਂਕਿ ਉਹ ਚਾਹੇ ਉਮਰਾਂ ਛੋਟੀਆਂ ਨੇ ਪਰ ਉਹਨਾਂ ਦੇ ਜਿਹੜੇ ਕਾਰਨਾਮੇ ਨੇ, ਉਹਨਾਂ ਦੀਆਂ ਜਿਹੜੀਆਂ ਸ਼ਹਾਦਤਾਂ ਨੇ ਉਹ ਛੋਟੀਆਂ ਨਹੀਂ ਹਨ। ਸੋ ਇਸ ਲਈ ਮਾਤਾ ਗੁਜਰੀ ਜੀ ਔਰ ਛੋਟੇ ਸਾਹਿਬਜ਼ਾਦੇ ਨਦੀ ਕਿਨਾਰੇ ਚੱਲਦੇ ਚੱਲਦੇ ਅੱਗੇ ਇਹਨਾਂ ਨੂੰ ਇੱਕ ਮਨੁੱਖ ਮਿਲਦਾ ਹੈ ਜਿਸ ਦਾ ਨਾਮ ਹੈ ਕੁਮਾ ਮਾਸ਼ਕੀ। ਇਸ ਦਾ ਪਹਿਲਾ ਨਾਮ ਸੀ ਕਰੀਮ ਬਖਸ਼ ਅਤੇ ਮੁਗਲਾਂ ਨੇ ਧੱਕੇ ਦੇ ਨਾਲ ਇਸ ਨੂੰ ਮੁਸਲਮਾਨ ਬਣਾਇਆ ਸੀ, ਜਿਸ ਕਰਕੇ ਇਸ ਦਾ ਨਾਮ ਪਿਆ ਕੁਮਾ ਮਾਸ਼ਕੀ। ਇਹ ਮੱਛੀਆਂ ਫੜਨ ਦਾ ਕੰਮ ਕਰਦਾ ਸੀ ਅਤੇ ਮਾਤਾ ਗੁਜਰੀ ਜੀ ਦੀ, ਕਿਉਂਕਿ ਉਹਨਾਂ ਨੇ ਖਬਰਾਂ ਸਾਰੇ ਕਿਤੇ ਪਹੁੰਚ ਹੀ ਜਾਂਦੀਆਂ ਨੇ ਕਿ ਬਾਈ ਧਾਰ ਦੇ ਰਾਜਿਆਂ ਨੇ ਮੁਗਲਾਂ ਨੇ ਗੁਰੂ ਪਰਿਵਾਰ ਦੇ ਉੱਪਰ ਕਹਿਰ ਢਾਇਆ ਹੈ ਅਤੇ ਇਸ ਕੁਮਾ ਮਾਸ਼ਕੀ ਨੂੰ ਵੀ ਖਬਰ ਮਿਲੀ ਸੀ
कि माता गुजरी जी और छोटे साहिबजादे परिवार के नालों विछड़ गए ने। इस कुमा माशकी ने की किया कि माता गुजर कौर जी ने जाके नमस्कार की। इस दे कोल कोई रहन सहन दे लई कोई बहुता वधिया घर ते है नहीं सी, इस दी छन सी एक। उस दे अंदर माता गुजरी जी नू लैके गया, जिन्नी हो सकी सेवा कीती, मुट्ठी चापी कीती, बच्चियां दे जेडे वस्त्र ने साफ कीते। ते शाम दा जदों वेला हुंदा है, एक लागे माता जिसका नाम लक्ष्मी ब्राह्मणी करके इतिहास विच लिखिया है, इस माता ने शाम के वेले बड़ी प्रेम भावना के नाल प्रशादा पानी तैयार किया बाबे कुन्ने माशकी की छन दे विच। ते माता गुजरी जी ने छोटे साहिबजादियां नू लक्ष्मी ब्राह्मणी नाम की औरत ने प्रशादा पानी छकाया। याद रखियो ये सतपोह का दिन, सतपोह की रात पै गई है। ते उस तो बाद जदों रात को माता जी ने छोटे साहिबजादिया ने आराम किया, अठपोह का जिहड़ा दिन है वह चढ़ता है, तो उधर जिहड़ा गंगू है वह भी लभदा लभाउंदा उसनू कुम्मा माशकी मिलिया। तो कुम्मे माशकी नू जदों गंगू ब्राह्मण ने आख्या कि इधर माता जी देखे ने, बजुर्ग माता ने ते नाल उन्हां दे बच्चे होणगे कि तुसीं देखे ने, ते कुम्मा माशकी पुछण लगा कि तुसीं किवें जाणदे हो। ते इस गंगू ब्राह्मण ने आख्या कि मैं उन्हां दा सेवादार रहा होया, क्योंकि जदों माता गुजरी जी सारा परिवार जदों श्री आनंदपुर साहिब सी, तो ये जिहड़ा गंगू सी ये लांगरी की सेवा करता सी, उत्थे प्रशादा पानी बनाउंदा सी। ते इसने आख्या कि मैं उस परिवार को जानता हाँ, तो उन्होंने लभदा लभाउंदा इस जगह आया। तो कुम्मे माशकी ने की किया कि उस गंगू ब्राह्मण को जिन्हों आपां हुण गंगू पापी आखते हैं, उसनों लै करके छन दे विच गए, माता जी नू मिलाप करवाया। ते माता जी नू भी एक आसरा मिलिया कि चलो अपना कोई जानकार आके मिलिया है। असी भी देखते हाँ कि जदों कदे बाहर दूर दराडे गए होइए, ते जे कोई पंजाबी बंदा मिलते आपां आखदे हाँ कि चलो हुण आपां सुरक्षित हाँ। उस प्रकार माता जी ने जो आके ये गंगू ब्राह्मण मिलिया, तो माता के मन के अंदर ये विचार आए कि चलो कोई अपना जानकार मनुख आया है। तो इस प्रकार जेड़ा चढ़िया होया अठ पोह का दिन है, गंगू ने की किया कि आख्या कि माता जी इतों अपना पिंड सहेड़ी नेड़े ही है, क्यों ना होवे कि तुसी मेरे नाल चलो, उत्थे तुहानूं किसी भी तरह की समस्या नहीं आवेगी। ते इसे प्रकार माता जी नूं नाल लैके छोटे साहिबजादे एक पिंड दे अंदर पड़ा करदे ने, जिथे देखदे ने कि बाहर वार एक फकीर है, पिंड दा नाम लिखिया है कोई नूर। इस जगह आ करके माता जी छोटे साहिबजादे ते ये गंगू ब्राह्मण टिका करते ने। ते माता जी एक बचन करते ने कि गंगू इत्थे आपां एवें बैठे हाँ, भाव इत्थे कोई ना कोई अपना दिसदा है, ते जिथे अज दे समय दे अंदर उत्थे गुरद्वारा एमा साहिब बनिया होया है। इस जगह माता जी ने अठ पोह की जिहड़ी रात है वह गुजारी, ते नौ पोह का जो दिन चढ़ता है, तो ये जिहड़ा गंगू पापी है
माता जी नूं अपने घर लै जांदा है ते नौ पोह दी जदों रात हुंदी है उस वेले इस दे मन दे अंदर लालच आउंदा है। असल दे अंदर जदों कुम्मे माशकी दे घरों साहिबजादे ते माता गुजरी जी तुरे सन उस वेले माता गुजरी जी ने खुश हो करके कुछ गहने जेड़ी वो लक्ष्मी ब्राह्मणी सी उन्हों दिते सन ते गंगू पापी दे मन दे अंदर उदों दा लालच शुरू हो गया कि माता गुजरी दे कोल होर भी सोना होवेगा होर भी मोहरां होणगियां ते उस कोई लालच इस दे घर आ के जागया ते रात नूं ये जिहड़ी खुरजी है जिस नूं आपां पोटली आखदे हां ये चुराउंदा है ते माता जी जानी जान ने सवेर जदों होई ते माता जी ने पुछया कि गंगू इत्थे मेरी एक पोटली पई सी खुरजी पई सी तू देखी है ते ये गंगू पहला ही भरिया पिया सी। इसने आख्या कि माता जी पहली गल ते मैं तुहानू इन्ने कष्टां दे विच अपने घर लै के आया दूसरा तुसी मेरे उपर ये इल्जाम लाने हो ये तुहाडे लई माड़ी गल है। ये इसे प्रकार रौला पाउंदा पाउंदा घरों बाहर गया जाके मुरिंडे शिकायत कीती उत्थों जानी खां ते मानी खां ये जिहड़े दो पुलिस वाले सन कोतवाली इन्हां ने घर आ के दस पोह दा जिहड़ा दिन है उत्थों लै के आए ते आ करके रात जिहड़ी है वह मुरिंडे गुजारी बड़े सख्त पहरे दे अंदर ते जदों गड्डे दे विच लै के आउंदे ने मातावां देखदियां ने कि ये अनभोल बच्चे कौन ने गल्लां करदे ने कि इन्हां ने की कसूर कीता होवेगा ते उधर क्योंकि दो उमरां ऐसियां हुंदियां ने जिन्हां दे विच ठंड बहुत ज़्यादा लगती है एक बजुर्गी अवस्था ते दूसरी हुंदी है छोटे बच्चियां नूं पर ख्याल इत्थे इह वी रखिया जावे कि ये अपने पढ़न दे विच अपने सुनन दे विच आपां नूं इदां लगदा है कि उन्हां साहिबजादियां दे उपर जां माता गुजर कौर जी उपर बहुत उन्हां ने दुख सहारे ने पर जे आपां गुरबाणी दे अंदर पढ़ के देखिए जिवें पोह दी संगरांद दा जदों दिन हुंदा ते ग्रंथी साहिबान शब्द सानूं सुणाउंदे ने कि पोख तुखार ना व्यापई कंठ मिलिया हर ना हो कि जिन्हां दे कंठ दे विच गले दे अंदर परमेश्वर वाहिगुरू दा नाम वसिया हुंदा उन्हां नूं ये जिहड़ी ठंड है ये कदे भी कोई भी शरीर नूं तकलीफ नहीं कर सकती। उसे प्रकार ही जिहड़ा दस पोह दा दिन है ये मुरिंडे दे अंदर गुजारिया जांदा बड़े सख्त पहरे दे अंदर ग्यारह पोह दा जिहड़ा दिन है सवेरे ही सरहंद पहुँचाया जांदा है माता गुजरी जी नूं और छोटे साहिबजादियां नूं उधर पहला ही तैयारियां कीतियां हुंदियां ने कि छोटे साहिबजादे फड़ ले गए ने क्योंकि वह जे उन्हां दी भाषा दे विच बोलिया जावे ते वह आखदे सन कि सप्प नहीं फड़िया गया सप्प दे बच्चे काबू कर ले ने भाव श्री गुरु गोबिंद सिंह महाराज जी नूं ते आपां फड़ नहीं सके पर उन्हां दे बच्चियां नूं आपां काबू कर लिया है ते ग्यारह पोह दा जिहड़ा दिन है सरहंद आ के कचहरी लगती है कचहरी दे अंदर सूबा सरहंद दे वल्लों बड़े बड़े लालच दित्ते जांदे आ पहला ते की कीता जांदा कि जिहड़ा उस कचहरी दा वड्डा गेट है उस नूं बंद करके छोटा गेट खोलिया जांदा है
अनुमान यह लाया जाता है कि जो आपे साहिबजादे सीस झुकाउणगे तो आख देवांगे कि इन्होंने इस्लाम कबूल लिया है। पर वो बड़े करनी दे मालक बड़े रोशन दिमाग सन छोटे साहिबजादे उन्होंने पहला अपने पैर अंदर किते पहला जुत्ती सूबा सरहद नूं दिखाई तो जाके कचहरी के अंदर जयकारा लाया तो सूबा सरहद वेख के क्योंकि उनके मन दे विच सीगा कि छोटे साहिबजादे ने बच्चे ने जे इन्हां नूं आपां इस्लाम कबूल करन दे विच सानूं कोई बहुत समा नहीं लगेगा तो जदों बच्चों ने इस्लाम कबूल कर लिया आपे इन्हां दी पीढ़ी जिहड़ी है वह तब्दील हो जाएगी क्योंकि जदों श्री गुरु तेग बहादुर महाराज जी नूं शहीद करदे सन तो मुगल ये गल आखदे सन कि ये दो धर्म ने एक हिंदू ते एक मुसलमान वो आखदे सन कि दो तो एक करना है भाव हिंदुआ नूं खत्म कर देना है। पर श्री गुरु तेग बहादुर महाराज जी ने आख्या सी कि ये दो तो एक नहीं होवेगा दो तो तीन होणगे ते उही सूबा सरहद कोशिश कर रहा है कि जे साहिबजादियां नूं आपां इस्लाम कबूल करवा लैने आं तां उस तो अगली पीढ़ी जिहड़ी है वह अपने आप मुसलमान बन जाएगी। तो सूबा सरहद दे वल्लों बड़े बड़े लालच दिते गए तुहानूं जगीरां मिलणगियां जमीनां मिलणगियां तुहानूं जिहड़े शाही जिहड़े खाने ने रहण दे लई महल ने वह मिलणगे पर साहिबजादे आखण लगे कि सानूं इन्हां चीज़ां की लोड़ ही नहीं है असीं इन्हां तो उपर उठे हुए हैं। चलो 11 पोह दा जिहड़ा दिन है कचहरी समाप्त हुंदी है माता गुजरी जी नूं छोटे साहिबजादियां नूं जिहड़ा ठंडा बुरज आपां वेखदे हां ठंडे बुरज दा जिहड़ा उपला उपरला हिस्सा है उत्थे साहिबजादियां नूं रखिया जांदा है ते इस ठंडे बुरज नूं अज कल चंडाल बुरज भी आख्या जांदा है। उस बुरज के अंदर माता जी नूं और साहिबजादियां नूं रखिया जांदा है। 12 पोह दा दिन आउंदा है फिर कचहरी लगती है उस दिन संसारी जरूरतां तो अगे दी गल कीती जांदी है लालच ये दिता जांदा है कि तुहानूं स्वर्ग दे अंदर हूरां मिलणगियां तुहानूं रहण दे लई स्वर्ग दे अंदर सब कुछ प्राप्त होवेगा। साहिबजादे आखण लगे कि सानूं इन्हां लालचां दे नाल असीं डोल नहीं सकदे ते आखर सूबा सरहद ने सजा ये सुनाई कि इन्हां नूं धड़ तो इन्हां दा जिहड़ा सीस है वह कतल कर दिता जावे पर जिहड़ी लागे खड़ी जिहड़ी समाज जमात से उसने आख्या कि ये अंतां दा कहर है ते आखर जिहड़ी सजा ये सुनाई गई कि इन्हां बच्चियां नूं कन्ना चिण करके जिंदा शहीद कर दिता जावे। 13 पोह दा जिहड़ा दिन आउंदा है जिथे आपां देखदे हां श्री फतेहगढ़ साहिब दा जिहड़ा थले भोरा साहिब है उत्थे साहिबजादियां नूं नीहां दे विच चिणाया गया वो जिहड़ा इतिहास है आपां सुणदे रहिंदे हां। इत्थे आपां विचार एक होर करिए कि ये जिहड़ा जिन्ना भी मुगलां ने सूबा सरहद दे वल्लों ये जिन्ना भी साहिबजादियां नूं कष्ट दिता गया तकलीफां दित्तियां गईयां ये सारियां जिहड़ियां तकलीफां ने ये सानूं सिखाउण वास्ते है क्योंकि ना तो साहिबजादियां नूं दुख लगा ना ही माता गुजर कौर जी नूं ठंड लगी क्योंकि वो तो ऐसी करनी दे मालक ने
जिन्हां दी बाबत आपां बचन सुनी ले ने कि पोख तुखार ना व्यापई कंठ मिलिया हर ना हो। ते एक बचन दी विचार करके आपां समाप्ति वल चलना है। दास ने शुरू दे विच बचन पढ़े सन के आया ताका सफल है पर उपकारी होए। ये जेडे बचन ने श्री गुरु गोबिंद सिंह महाराज जी ने श्री सर्वलोह ग्रंथ के अंदर लिखे ने, इन्हों का की अर्थ है कि जिमें संसार के अंदर आप सारे जन्म लैके आए हैं, तो जिन्हें जिस मनुख का जन्म होया उसकी एक ना एक दिन मौत भी जरूर होनी है। इसलिए ये बचन सानू की आखते ने कि आया ताका सफल है पर उपकारी होए, कि संसार दे विच आना किन्ना दा सफला हुंदा है, क्योंकि दो चीज़ां हुंदियां ने, एक हुंदा है अपने समय नू सफला करना और एक हुंदा है अपने समय नू बतीत करना। जिमें आप संसार दे विच वेखदे हाँ कोई ताश खेडदा, कोई जुआ खेडदा, कोई गल्लां बातां हस खेड के समा टपाउने आ, उस समय नू आखिया जांदा है समा बतीत करना। जिहड़ी संगत करनी, गुरबाणी पढ़नी, परमेशर की गल करनी, ये है समय नू सफला करना। ते जिहड़ा मनुख अपने जीवन नू सफला करना चाहुंदा है उनका इको एक तरीका है पर उपकारी होए। अपने लिए आप सब कुछ करते हैं, अपना शरीर सांभण दे लई, अपना परिवार पालन दे लई आप बड़े बड़े जतन करते हैं, पर सतगुर साहिबान जी का हुक्म है कि आया ताका सफल है पर उपकारी होए, दुख सह सिर अपने, जिमें साहिबजादियां ने सहारिया, सुखदाई सब कोय, होरना नू सुख देना। क्योंकि संसार दे विच आपां वेखदे हां ईरखा भी बहुत है, किसे दे नाल द्वेष करनी, किसे नू माड़ा बोलना, माड़ा सोचना, पर आपां कोशिश ये करिए कि आपां सारिआं नू प्रेम पूर्वक देखिए। ते इत्थे आपां इन्हां शहादतां तों इक इह सिख्या लै के जाइए, जिहड़ियां मातावां भैणां जां वीर बजुर्ग हजे तक केसाधारी नहीं हन, क्योंकि चलो देखो जिहड़े कोई अणव्याहे ने उन्हां नूं इह बहाना हुंदा है कि साडा विआह होणा है। जिहड़ियां कोई व्याहियां होईआं भैणां ने वड्डे ने उन्हां नूं इह बहाना सुझदा नहीं। पहली गल तां इह है कि जे आपां गुरु ग्रंथ साहिब महाराज जी नूं आ के मत्था टेकदे हां ते इस दा मतलब इह है कि असीं गुरू नूं मन्नदे हां, ते गुरू इह आखदा है साबत सूरत दस्तार सिरा। परमेश्वर वाहिगुरू कैसे आ, उन्हां दे किसे भी अंग तो शरीर तो केस नहीं कटे हुए, ते सिर दे उपर दस्तार है। सो इसलिए सब तो पहला जिहड़ा गुरसिखी दे अंदर प्रवेश करन दा जिहड़ा एक साधन है वह ने केस। जे एक माँ केस रखेगी तो इस दा मतलब है कि उसके बच्चे भी केसाधारी होणगे। साहिबजादियां ने शहीदियां एवें नहीं दे दित्तियां, उन्हां दे पिछे माता गुजरी दी, माता अजीत कौर दी, माता साहिब देवा कौर दी सिक्ख्या खड़ी है, एक माहौल खड़िया है। तुसीं हमेशा एक गल वेखी होनी है कि अपने घरां दे अंदर जिहड़े छोटे छोटे बच्चे ने वह बिना सिखाया नचना सिख जाते हैं। उनका कारण की है कि वड्डे नचते ने, उन्होंने उस प्रकार टीवी वेखते ने, चाचे ताए भी नचते ने, छोटे वड्डे सारे नचते हैं, तो जेडे बच्चे ने वो बिना किसी के सिखाया नचना सीख जाते हैं। उन्हें की असर पाँदा है वह है माहौल।
ਜਿਵੇਂ ਦਾ ਆਪਾਂ ਮਾਹੌਲ ਘਰ ਦੇ ਵਿੱਚ ਸਿਰਜਦੇ ਹਾਂ ਉਸੇ ਪ੍ਰਕਾਰ ਹੁੰਦਾ ਹੈ। ਅਤੇ ਇਹ ਜਿਹੜੇ ਬੱਚੇ ਨੇ ਇਹਨਾਂ ਦਾ ਕੋਈ ਕਸੂਰ ਨਹੀਂ ਹੁੰਦਾ, ਕਸੂਰਵਾਰ ਅਸੀਂ ਵੱਡੇ ਹਾਂ ਜਿਹੜੇ ਅਸੀਂ ਬੱਚਿਆਂ ਨੂੰ ਚੰਗੀ ਸਿੱਖਿਆ ਨਹੀਂ ਦੇ ਸਕੇ। ਕਿਉਂਕਿ ਵਿਦਵਾਨਾਂ ਦਾ ਇਹ ਖਿਆਲ ਹੈ, ਕਥਨ ਹੈ ਕਿ ਜਿਹੜੀ 5 ਸਾਲ ਤੋਂ ਉਮਰ ਲੈ ਕੇ 16 ਸਾਲ ਤੱਕ ਇਸ ਉਮਰ ਦੇ ਅੰਦਰ ਜਿਹੜੀ ਬੱਚੇ ਦੀ ਇੱਕ ਘਾੜਤ ਘੜੀ ਜਾਂਦੀ ਹੈ, ਇਸ ਉਮਰ ਦੇ ਅੰਦਰ ਬੱਚੇ ਦੇ ਨਾਲ ਕੋਈ ਵੀ ਲਿਹਾਜ਼ ਨਾ ਕੀਤਾ ਜਾਵੇ ਅਤੇ ਬੱਚਿਆਂ ਨੂੰ ਘੱਟੋ ਘੱਟ ਗੁਰਬਾਣੀ ਦਾ ਜਿਹੜਾ ਪਾਠ ਹੈ ਉਹ ਜ਼ਰੂਰ ਆਉਣਾ ਸਿਖਾਉਣਾ ਚਾਹੀਦਾ ਹੈ। ਕਿਉਂਕਿ ਗੁਰਬਾਣੀ ਦਾ, ਗੁਰ ਇਤਿਹਾਸ ਦਾ ਇੰਨਾ ਵੱਡਾ ਖਜ਼ਾਨਾ ਹੈ ਕਿ ਆਪਾਂ ਕਹਿਣ ਕਥਨ ਤੋਂ ਪਰੇ ਹੈ। ਇੱਕ ਜਿਹੜੀ ਬੁੱਧੀ ਹੈ ਇਸ ਖਜ਼ਾਨੇ ਨੂੰ ਕਥਨ ਨਹੀਂ ਕਰ ਸਕਦੀ। ਇਸ ਲਈ ਮੈਂ ਪ੍ਰਬੰਧਕ ਵੀਰਾਂ ਦੇ ਵੀ ਔਰ ਸਾਰੀ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਕਰੂੰਗਾ ਕਿ ਘੱਟੋ ਘੱਟ ਗੁਰਬਾਣੀ ਦਾ ਜਿਹੜਾ ਪਾਠ ਹੈ, ਮਾਤਾਵਾਂ ਭੈਣਾਂ ਵੀ ਔਰ ਵੀਰ ਵੀ ਸਾਰੇ ਹੀ ਜਿੱਥੋਂ ਜਿੱਥੋਂ ਵੀ ਯਤਨ ਮਿਲਦਾ ਹੈ ਆਪਾਂ ਜ਼ਰੂਰ ਸਿੱਖੀਏ। ਕਿਉਂਕਿ ਅੱਜ ਕੱਲ੍ਹ ਆਪਾਂ ਬਹਾਨਾ ਨਹੀਂ ਲਾ ਸਕਦੇ ਕਿ ਸਾਡੇ ਕੋਲ ਕੋਈ ਸਾਧਨ ਨਹੀਂ, ਬੜੇ ਬੜੇ ਸਾਧਨ ਪਏ ਨੇ ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਅਸੀਂ ਘਰ ਬੈਠੇ ਗੁਰਬਾਣੀ ਸਿੱਖ ਸਕਦੇ ਹਾਂ। ਇਸ ਲਈ ਆਪਣੇ ਬੱਚਿਆਂ ਨੂੰ, ਹਾਂ ਹੋਰ ਜਿਹੜੀਆਂ ਭਾਸ਼ਾਵਾਂ ਨੇ, ਇੰਗਲਿਸ਼ ਹੈ, ਹਿੰਦੀ ਹੈ, ਉਹ ਵੀ ਸਾਨੂੰ ਸਿੱਖਣੀਆਂ ਚਾਹੀਦੀਆਂ ਨੇ, ਪਰ ਜਿਹੜੀ ਪੰਜਾਬੀ ਹੈ ਇਸ ਤੋਂ ਆਪਾਂ ਦੂਰ ਨਾ ਹੋਈਏ। ਮੈਂ ਇਹ ਗੱਲ ਇੱਕ ਦਾਅਵੇ ਦੇ ਨਾਲ ਕਹਿ ਸਕਦਾ ਹਾਂ ਕਿ ਸਾਨੂੰ ਚੰਗੀ ਤਰ੍ਹਾਂ ਊੜਾ ਏੜਾ ਵੀ ਨਹੀਂ ਪੜ੍ਹਨਾ ਆਉਂਦਾ, ਚਾਹੇ ਕੋਈ BA ਪੜ੍ਹਿਆ ਹੈ, ਚਾਹੇ ਕੋਈ MA ਪੜ੍ਹਿਆ ਹੈ। ਸਾਨੂੰ ਦੇਖੋ ਕਿੰਨਾ ਕੋਝੇ ਤਰੀਕੇ ਦੇ ਨਾਲ ਸਾਨੂੰ ਮਾਰਿਆ ਜਾ ਰਿਹਾ। ਕਿਉਂਕਿ ਇਹ ਯਾਦ ਰੱਖਿਓ, ਸਾਨੂੰ ਸਤਿਗੁਰੂ ਸਾਹਿਬਾਨ ਜੀ ਨੇ ਸ਼ਬਦ ਦੇ ਨਾਲ ਜੋੜਿਆ ਅਤੇ ਅੱਜ ਸਾਰੀ ਏਜੰਸੀਆਂ ਦਾ ਇਹ ਜ਼ੋਰ ਲੱਗਿਆ ਹੋਇਆ ਸਾਨੂੰ ਸ਼ਬਦ ਦੇ ਨਾਲ ਜੋੜਨ ਦੇ ਲਈ। ਕਿਉਂਕਿ ਪੰਜਾਬੀ ਪੜ੍ਹਨੀ ਇਹ ਸ਼ਬਦ ਦੇ ਨਾਲ ਜੁੜਨਾ ਹੈ। ਜੇ ਅਸੀਂ ਸ਼ਬਦ ਦੇ ਪੁਜਾਰੀ ਬਣਾਂਗੇ ਤਾਂ ਇਹ ਸੰਸਾਰ ਤੋਂ ਤਰਾਂਗੇ, ਨਹੀਂ ਤਾਂ ਸਾਨੂੰ ਕੋਈ ਬਚਾਉਣ ਵਾਲਾ ਦੂਜਾ ਨਹੀਂ ਹੈ। ਸੋ ਸਤਿਗੁਰੂ ਸਾਹਿਬਾਨ ਜੀ ਸਾਡੇ ਉੱਪਰ ਕਿਰਪਾ ਕਰਨ ਇਸ ਮਹਾਨ ਖਜ਼ਾਨੇ ਨੂੰ। ਕਿਉਂਕਿ ਸਤਿਗੁਰੂ ਸਾਹਿਬਾਨ ਜੀ ਦਾ ਬਚਨ ਹੈ, ਸਿੱਖੋ ਸੁਣੋ ਸੀਖ ਇਹ ਮੇਰੀ, ਬਾਣੀ ਪੜ੍ਹੋ ਸੁਧ ਗੁਰ ਕੇਰੀ। ਅਤੇ ਮੰਗਲਾਂ ਦੇ ਵਿੱਚ ਇੱਕ ਆਪਾਂ ਹੋਰ ਬਚਨ ਪੜ੍ਹਿਆ ਸੀ, ਕੁਝ ਸਮਾਂ ਬਚਦਾ ਹੈ ਉਸ ਦੀ ਵਿਚਾਰ ਕਰ ਲਈਏ। ਸਿੱਖ ਕੌਮ ਦੇ ਅੰਦਰ ਮਹਾਨ ਵਿਦਵਾਨ ਹੋਏ ਨੇ, ਉਹਨਾਂ ਦਾ ਨਾਮ ਹੈ ਭਾਈ ਨੰਦ ਲਾਲ ਜੀ। ਉਹਨਾਂ ਨੇ ਤਕਰੀਬਨ 7 ਗ੍ਰੰਥ ਲਿਖ ਕਰਕੇ ਅਰਬੀ ਫਾਰਸੀ ਦੇ ਅੰਦਰ ਸਿੱਖ ਕੌਮ ਦੇ ਝੋਲੀ ਪਾਏ ਨੇ। ਉਹਨਾਂ ਨੇ ਇੱਕ ਗ੍ਰੰਥ ਦੇ ਅੰਦਰ ਉਹ ਬਚਨ ਨੇ ਜਿਹੜੇ ਆਪਾਂ ਪੜ੍ਹੇ ਸਨ ਕਿ ਦੌਲਤ ਜਾਂ ਵੇਦ ਬਾਸ਼ਦ ਬੰਦਗੀ, ਬੰਦਗੀ ਕੁਨ ਬੰਦਗੀ ਕੁਨ ਬੰਦਗੀ, ਦੌਲਤ ਜਾਂ ਵੇਦ। ਕਹਿੰਦੇ ਕਿ ਸੰਸਾਰ ਦੇ ਅੰਦਰ ਬੜੇ ਪ੍ਰਕਾਰ ਦੀ ਧਨ ਦੌਲਤ ਹੈ, ਪੈਸਾ ਹੈ, ਮਾਲ ਡੰਗਰ ਹੈ, ਹਾਥੀ ਘੋੜੇ ਨੇ, ਜ਼ਮੀਨ ਜਾਇਦਾਦ ਹੈ। ਭਾਈ ਨੰਦ ਲਾਲ ਜੀ ਕਹਿੰਦੇ ਕਿ ਜੇ ਕੋਈ ਇਹ ਗੱਲ, ਇਹ ਸਵਾਲ ਕਰੇ ਕਿ ਦੌਲਤ ਜਾਂ ਵੇਦ ਦਾ ਅਰਥ ਹੁੰਦਾ ਹਮੇਸ਼ਾ ਰਹਿਣ ਵਾਲੀ, ਕਿ ਹਮੇਸ਼ਾ ਰਹਿਣ ਵਾਲੀ ਦੌਲਤ ਕਿਹੜੀ ਹੈ ਜਿਹੜੀ ਕਦੇ ਨਾਸ਼ ਨਾ ਹੋਵੇ। ਭਾਈ ਨੰਦ ਲਾਲ ਜੀ ਉੱਤਰ ਦਿੰਦੇ ਨੇ ਬਾਸ਼ਦ ਬੰਦਗੀ। ਬਾਸ਼ਦ ਦਾ ਅਰਥ ਫਾਰਸੀ ਦੇ ਵਿੱਚ ਹੁੰਦਾ ਹੈ ਕਰਨੀ, ਕਿ ਜਿਹੜੀ ਬੰਦਗੀ ਕਰਨੀ, ਨਾਮ ਜਪਣਾ, ਇਹ ਹਮੇਸ਼ਾ ਰਹਿਣ ਵਾਲਾ ਧਨ ਹੈ। ਅਤੇ ਦੂਸਰੀ ਪੰਕਤੀ ਦੇ ਅੰਦਰ ਬਚਨ ਲਿਖਦੇ ਨੇ ਕਿ ਬੰਦਗੀ ਕੁਨ ਬੰਦਗੀ ਕੁਨ ਬੰਦਗੀ। ਕੁਨ ਦਾ ਅਰਥ ਹੁੰਦਾ ਹੈ ਕਰ, ਇਹ ਭਾਈ ਗੁਰਸਿੱਖੋ ਬੰਦਗੀ ਕਰ, ਬੰਦਗੀ ਕਰ, ਬੰਦਗੀ ਕਰ, 3 ਵਾਰੀ ਇਹ ਸ਼ਬਦ ਲਿਖਿਆ ਹੈ।
ਇਸ ਲਈ ਜਿੰਨਾ ਸਮਾਂ ਹੋ ਸਕਦਾ ਹੈ ਆਪਾਂ ਗੁਰਬਾਣੀ ਪੜ੍ਹੀਏ। ਜੇ ਕੋਈ ਗੁਰਸਿੱਖ ਗੁਰਬਾਣੀ ਨਹੀਂ ਪੜ੍ਹਨ ਜਾਣਦਾ ਤਾਂ ਉਸ ਲਈ ਸਤਿਗੁਰੂ ਸਾਹਿਬਾਨ ਜੀ ਨੇ ਸੌਖਾ ਰਸਤਾ ਦੱਸਿਆ ਹੈ, ਜੋ ਪ੍ਰਾਣੀ ਗੋਬਿੰਦ ਧਿਆਵੈ ਪੜ੍ਹਿਆ ਅਣਪੜ੍ਹਿਆ ਪਰਮਗਤ ਪਾਵੈ। ਨਾਲੇ ਸਾਨੂੰ ਗੁਰਬਾਣੀ ਦੇ ਅੰਦਰ ਬੜਾ ਸੌਖਾ ਤਰੀਕਾ ਦੱਸਿਆ ਹੈ ਨਾਮ ਜਪਣ ਦਾ, ਕਿਉਂਕਿ ਜਦੋਂ ਕਿਸੇ ਨੂੰ ਕਹੀਏ ਕਿ ਨਾਮ ਜਪਿਆ ਕਰੋ, ਸਾਡੇ ਕੋਲ ਇੱਕੋ ਬਹਾਨਾ ਹੁੰਦਾ ਕਿ ਸਮਾਂ ਨਹੀਂ ਮਿਲਦਾ। ਸਮਾਂ ਬਹੁਤ ਹੈ, ਇੱਕ ਜੇ ਯੁਕਤੀ ਵਰਤਾਂਗੇ, ਉਹ ਯੁਕਤੀ ਕਿਹੜੀ ਹੈ? ਗੁਰਬਾਣੀ ਦੇ ਅੰਦਰ ਸਾਨੂੰ ਸਤਿਗੁਰਾਂ ਨੇ ਸਮਝਾਈ ਹੈ, ਉਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ। ਇਸ ਦੀ ਵਿਚਾਰ ਨੂੰ ਜੇ ਸੁਣ ਕੇ ਆਪਾਂ ਮਨ ਦੇ ਅੰਦਰ ਧਾਰਨ ਕਰ ਲਈਏ ਤਾਂ ਮੈਂ ਇਹ ਗੱਲ ਦਾਅਵੇ ਦੇ ਨਾਲ ਕਹਿ ਸਕਦਾ ਕਿ ਸਾਡੇ ਕੋਲ ਬਹੁਤ ਸਮਾਂ ਬਚ ਜਾਵੇਗਾ ਨਾਮ ਜਪਣ ਲਈ। ਇਸ ਪੰਕਤੀ ਨੂੰ ਸਮਝੀਏ, ਉਠਤ ਪਹਿਲਾ ਸ਼ਬਦ ਹੈ ਉੱਠਣਾ। ਜਦੋਂ ਆਪਾਂ ਸਵੇਰ ਵੇਲੇ ਉੱਠਦੇ ਹਾਂ ਆਪਣੇ ਸਮੇਂ ਦੇ ਹਿਸਾਬ ਦੇ ਨਾਲ, ਉੱਠਦਿਆਂ ਸਾਰ ਜ਼ਿਆਦਾਤਰ ਜਿਹੜੇ ਮਨੁੱਖ ਨੇ ਉੱਠਦਿਆਂ ਸਾਰ ਕੋਈ ਵੀ ਤੁਰਨਾ ਸ਼ੁਰੂ ਨਹੀਂ ਕਰ ਦਿੰਦਾ। ਉੱਠਣ ਤੋਂ ਬਾਅਦ ਕੋਈ ਆਪਾਂ 10 ਮਿੰਟ 15 ਮਿੰਟ 20 ਮਿੰਟ ਅੱਧਾ ਘੰਟਾ ਫਿਰ ਮੰਜੇ 'ਤੇ ਪਏ ਰਹਿੰਦੇ ਹਾਂ ਅਤੇ ਆਪਾਂ ਉਸੇ ਸਮੇਂ ਤੋਂ ਲਾਹਾ ਲੈ ਕੇ ਨਾਮ ਜਪ ਸਕਦੇ ਹਾਂ। ਜੇ ਸਰੀਰ ਤੰਦਰੁਸਤ ਹੋਵੇ ਅਤੇ ਆਪਣੇ ਸਿਰਹਾਣੇ ਵੱਲ ਮੁੱਖ ਕਰਕੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਸਕਦੇ ਹਾਂ। ਇਹ ਹੈ ਪਹਿਲਾ ਤਰੀਕਾ ਨਾਮ ਜਪਣ ਦਾ, ਉਠਤ। ਦੂਸਰਾ ਸ਼ਬਦ ਹੈ ਬੈਠਤ। ਜਦੋਂ ਵੀ ਆਪਾਂ ਪ੍ਰਸ਼ਾਦਾ ਪਾਣੀ ਛਕਣ ਬੈਠਦੇ ਹਾਂ ਜਾਂ ਹੋਰ ਜਦੋਂ ਵੀ ਆਪਾਂ ਫ੍ਰੀ ਬੈਠਦੇ ਹਾਂ ਉਦੋਂ ਆਪਾਂ ਨਾਮ ਜਪ ਸਕਦੇ ਹਾਂ। ਮਾਤਾਵਾਂ ਭੈਣਾਂ ਜਦੋਂ ਘਰ ਦੇ ਅੰਦਰ ਬੈਠ ਕਰਕੇ ਜਾਂ ਖੜ੍ਹੇ ਹੋ ਕੇ ਪ੍ਰਸ਼ਾਦਾ ਪਾਣੀ ਬਣਾਉਂਦੀਆਂ ਨੇ, ਸਬਜ਼ੀ ਕੱਟਦੀਆਂ ਨੇ, ਉਦੋਂ ਨਾਮ ਜਪਿਆ ਜਾ ਸਕਦਾ। ਬਸ ਉਦੋਂ ਗੱਲ ਸ਼ਰਤ ਇਹ ਹੈ ਕਿ ਸਾਨੂੰ ਚੁਗਲੀਆਂ ਨਹੀਂ ਕਰਨੀਆਂ। ਚੁਗਲੀਆਂ ਤੋਂ ਜੇ ਗੁਰੇਜ਼ ਕਰਾਂਗੇ ਫਿਰ ਸਾਡੇ ਕੋਲ ਬਹੁਤ ਸਮਾਂ ਹੈ ਨਾਮ ਜਪਣ ਦਾ। ਉਠਤ ਬੈਠਤ ਸੋਵਤ ਧਿਆਈਐ। ਤੀਸਰਾ ਜਿਹੜਾ ਸ਼ਬਦ ਹੈ ਉਹ ਹੈ ਸੌਂਦਿਆਂ ਹੋਇਆਂ। ਹੁਣ ਕੋਈ ਵੀ ਮਨੁੱਖ ਐਸਾ ਨਹੀਂ ਜਿਹਨੂੰ ਲੰਬੇ ਪੈਂਦਿਆਂ ਹੋਏ ਨੀਂਦ ਆ ਜਾਂਦੀ ਹੈ। ਨੀਂਦ ਆਉਣ ਦੇ ਅੰਦਰ 5 ਮਿੰਟ 10 ਮਿੰਟ 20 ਮਿੰਟ ਬਜ਼ੁਰਗਾਂ ਨੂੰ ਵੱਧ ਸਮਾਂ ਵੀ ਲੱਗ ਜਾਂਦਾ। ਉਸ ਸਮੇਂ ਦੇ ਅੰਦਰ ਆਪਾਂ ਨਾਮ ਜਪ ਕੇ ਸਮੇਂ ਤੋਂ ਲਾਹਾ ਲੈ ਸਕਦੇ ਹਾਂ। ਅਤੇ ਉਸ ਤੋਂ ਜਿਹੜੀ ਅਗਲੀ ਪੰਕਤੀ ਹੈ ਉਹ ਸਾਨੂੰ ਦੱਸਦੀ ਹੈ ਮਾਰਗ ਚਲਤ ਹਰੇ ਹਰ ਗਾਈਏ। ਜਿਵੇਂ ਆਪਾਂ ਵੇਖਦੇ ਹਾਂ ਕਿ ਮਾਲਵੇ ਦੇ ਅੰਦਰ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਵਾਲੇ ਮਹਾਂਪੁਰਖ ਹੋਏ ਨੇ, ਉਹਨਾਂ ਦੀ ਜੀਵਨੀ ਦੇ ਵਿੱਚੋਂ ਵੀ ਸਾਨੂੰ ਇੱਕ ਘਟਨਾ ਮਿਲਦੀ ਹੈ ਕਿ ਉਹ ਜਦੋਂ ਵੀ ਰਸਤੇ ਦੇ ਵਿੱਚ ਤੁਰਦੇ ਸਨ ਅਤੇ ਆਪਣੇ ਪੈਰਾਂ ਦੀ ਚਾਲ ਦੇ ਨਾਲ ਨਾਮ ਜਪਣਾ ਸ਼ੁਰੂ ਕਰ ਦਿੰਦੇ ਸਨ। ਇੱਕ ਪੈਰ ਪੱਟਿਆ ਵਾਹੇ, ਦੂਸਰਾ ਪੱਟਿਆ ਗੁਰੂ। ਇੱਦਾਂ ਪੈਰਾਂ ਦੀ ਚਾਲ ਦੇ ਨਾਲ ਵਾਹਿਗੁਰੂ ਵਾਹਿਗੁਰੂ ਦਾ ਜਾਪ ਆਪਾਂ ਕਰ ਸਕਦੇ ਹਾਂ। ਜਾਂ ਜਿਵੇਂ ਆਪਾਂ ਹੁਣ ਮੋਟਰ ਗੱਡੀ 'ਤੇ ਕਿਤੇ ਜਾਂਦੇ ਹਾਂ ਜਾਂ ਕਿਸੇ ਹੋਰ ਸਾਧਨ 'ਤੇ ਜਾਂਦੇ ਹਾਂ, ਬੱਸਾਂ ਦੇ ਵਿੱਚ ਜਾਂਦੇ ਹਾਂ, ਅਤੇ ਆਪਾਂ ਨਾ ਉਦੋਂ ਕਿਹੜਾ ਕੋਈ ਕਾਰੋਬਾਰ ਜੁੜਿਆ ਹੁੰਦਾ। ਜੇ ਆਪਾਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣਾ, ਕਿਤੇ ਦੂਰ ਜਾਣਾ, ਤਾਂ ਆਪਾਂ ਨੂੰ 5-5 ਘੰਟੇ ਵੀ ਲੱਗ ਜਾਂਦੇ ਆ। ਪਰ ਸ਼ਰਤ ਇਹ ਹੈ ਕਿ ਉਸ ਸਮੇਂ ਦੇ ਅੰਦਰ ਸਾਨੂੰ ਗੱਡੀਆਂ ਦੇ ਵਿੱਚੋਂ ਗਾਣੇ ਬੰਦ ਕਰਨੇ ਪੈਣਗੇ। ਉਸ ਸਮੇਂ ਦੇ ਅੰਦਰ ਆਪਾਂ ਨਾਮ ਜਪ ਸਕਦੇ ਹਾਂ, ਗੁਰਬਾਣੀ ਪੜ੍ਹ ਸਕਦੇ ਹਾਂ, ਕੀਰਤਨ ਸੁਣ ਸਕਦੇ ਹਾਂ, ਗੁਰਬਾਣੀ ਸੁਣ ਸਕਦੇ ਹਾਂ। ਅੱਜ ਕੱਲ੍ਹ ਸਭ ਕੁਛ ਮਿਲ ਜਾਂਦਾ ਹੈ। ਹੁਣ ਆਪਾਂ ਇਹਨਾਂ ਸ਼ਬਦਾਂ ਦੀ ਜਦੋਂ ਵਿਚਾਰ ਕਰਕੇ ਹਟਦੇ ਹਾਂ ਅਤੇ ਤੁਸੀਂ ਇਹਨਾਂ ਜਿਹੜੇ ਗੁਰਸਿੱਖ ਗੁਰੂ ਦੇ ਨਾਲ ਪ੍ਰੇਮ ਕਰਦੇ ਆ ਇਹਨਾਂ ਪੰਕਤੀਆਂ ਨੂੰ ਯਾਦ ਰੱਖ ਕੇ ਵੇਖਿਓ ਕਿ ਆਪਣੇ ਕੋਲ ਸਮਾਂ ਹੈ ਜਾਂ ਨਹੀਂ ਹੈ।
समा अपने कोल बहुत है, बस सानू बहाने छड़ने पैणगे। सो आपां दो चार मिनट शहीदां दी याद दे अंदर नाम जप के समाप्ति करनी है। सो दास चार वारी जिहड़ा वाहिगुरु शब्द बोलेगा, आप जी ने उसे लय दे अंदर बोलन दा जतन करना। वाहे गुरु, 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 गुर मंत्र उचारे, वाहे गुरु, गुर मंत्र उचारे, वाहे गुरु को हृदय तारे, 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 जम जंदार नावे जंदार ना आवे नेड़े, जंदार ना आवे नेड़े, जंदार ना आवे नेड़े, वाहे गुरु, वाहे गुरु, वाहे गुरु, वाहे गुरु, सोवत त्याई, उठत बैठत सोवत त्याई, उठत बैठत सोवत त्याई, मार्ग चलत हरे हर गाइए, 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 वाहे गुरु, 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 वाहे गुरु। सो सतगुरु साहिबान जी साढ़े सारिया के उपर कृपा करन, असी आप गुरसिखी दे नाल जुड़िए ते अपने बच्चियां नू जोड़िए। समूह गुरसिखां दा बेअंत धन्नवाद, सतगुरु साहिबान जी दा बेअंत कोटान कोटान धन्नवाद। होइयां बेअंत पुलां दी खिमा आप संगत, सतगुरु साहिबान जी बख्शन योग हन बख्श लैणा जी।
ਸੋ ਇੱਥੇ ਅਰਦਾਸ ਸਮਾਪਤੀ ਕਰਦਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।